ਟਾਈਮ ਬਠਿੰਡਾ ਦੇ ਦਾਦੀ ਪੋਤੀ ਪਾਰਕ ਚ ਮੌਜੂਦ ਹਾਂ, ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜੇ ਅੱਜ ਪ੍ਰੋਗਰਾਮ ਸੰਪਰਕ ਦੇ ਤਹਿਤ ਜਿਹੜੀ ਅੱਜ ਪਬਲਿਕ ਮੀਟਿੰਗ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਦਾਦੀ ਪੋਤੀ ਪਾਰਕ ਬਠਿੰਡਾ ਦੀਆਂ, ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜੀ ਅੱਜ ਪ੍ਰੋਗਰਾਮ ਸੰਪਰਕ ਦੇ ਤਹਿਤ ਪਬਲਿਕ ਮੀਟਿੰਗ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਦਾਦੀ ਪੋਤੀ ਪਾਰਕ ਬਠਿੰਡਾ ਦੀਆਂ, ਜਿੱਥੇ ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਪਰੇ, ਐਸਐਸਪੀ ਬਠਿੰਡਾ ਮੈਡਮ ਅਮਨੀਤ ਕੌਂਡਲ ਅਤੇ ਡੀਆਈਜੀ ਬਠਿੰਡਾ ਰੇਂਜ ਐਚਐਸ ਭੁੱਲਰ ਵੀ ਇੱਥੇ ਪਹੁੰਚੇ ਅਤੇ ਲੋਕਾਂ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਨਸ਼ੇ ਨੂੰ ਲੈ ਕੇ, ਸਟਰੀਟ ਕ੍ਰਾਈਮ ਦੇ ਖਾਤਮੇ ਨੂੰ ਲੈ ਕੇ ਅਤੇ ਹੋਰ ਵੀ ਜਿਹੜੀਆਂ ਪ੍ਰੋਬਲਮਸ ਬਠਿੰਡਾ ਵਾਸੀਆਂ ਨੂੰ ਜਿਹੜੀਆਂ ਆ ਰਹੀਆਂ ਉਸ ਨੂੰ ਲੈ ਕੇ ਅੱਜ ਜਿਹੜੀ ਪਬਲਿਕ ਮੀਟਿੰਗ ਇੱਥੇ ਦਾਦੀ ਪੋਤੀ ਪਾਰਕ ਬਠਿੰਡਾ ਚ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ, ਕੀ ਕਹਿਣਾ ਉਹਨਾਂ ਦਾ। ਡੀਆਈਜੀ ਬਠਿੰਡਾ ਰੇਂਜ ਐਚਐਸ ਭੁੱਲਰ ਸਾਡੇ ਨਾਲ ਮੌਜੂਦ ਹੈ, ਅੱਜ ਦਾਦੀ ਪੋਤੀ ਪਾਰਕ ਵਿਖੇ ਮੀਟਿੰਗ ਕੀਤੀ ਗਈ ਹੈ, ਪਬਲਿਕ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਅੱਜ ਮੀਟਿੰਗ ਕੀਤੀ ਗਈ ਹੈ ਪ੍ਰੋਗਰਾਮ ਸੰਪਰਕ ਤਹਿਤ, ਕੀ ਕਹਿਣਾ ਚਾਹੋਗੇ? ਪਬਲਿਕ ਨੂੰ ਇਹ ਕਹਾਂਗੇ ਕਿ ਜਿੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਪੁਲਿਸ ਨਾਲ ਸੰਬੰਧਿਤ, ਉੱਥੇ ਇਸ ਮਹਿਮ ਦੇ ਵਿੱਚ ਆ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ, ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੱਸਣ, ਸਾਡੇ ਪੁਲਿਸ ਸਟੇਸ਼ਨ ਆਪਣੀ ਇਨਫੋਰਮੇਸ਼ਨ ਦੇਣ। ਇਸੇ ਤਰੀਕੇ ਇਸ ਮਹਿਮ ਦੇ ਤਹਿਤ ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ, ਸਾਰੇ ਹੀ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਕਰ ਰਹੇ ਹਾਂ ਤਾਂ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾ ਕੇ ਮੌਕੇ ਤੇ ਸੁਣਿਆ ਜਾ ਸਕੇ ਔਰ ਉਹਨਾਂ ਨੂੰ ਹੱਲ ਕੀਤਾ ਜਾ ਸਕੇ। ਸਰ ਜੇ ਗੱਲ ਕਰੀਏ ਕੀ ਪਬਲਿਕ ਨੇ ਅੱਜ ਪ੍ਰੋਬਲਮਸ ਤੁਹਾਨੂੰ ਦੱਸੀਆਂ? ਲੋਕਾਂ ਨੇ ਜੋ ਇੱਕ ਸਿਵਲ ਮਹਿਕਮੇ ਦੀਆਂ ਵੀ ਮੁਸ਼ਕਲਾਂ ਦੱਸੀਆਂ ਨੇ, ਕੁਛ ਉਹਨਾਂ ਨੇ ਸਨੈਚਿੰਗ ਬਾਰੇ ਦੱਸਿਆ, ਡਰੱਗਸ ਬਾਰੇ ਦੱਸਿਆ। ਇਹਦੇ ਵਿੱਚ ਪਬਲਿਕ ਦਾ ਨਾਲ ਸਾਨੂੰ ਸਹਿਯੋਗ ਬਹੁਤ ਜ਼ਰੂਰੀ ਹੈ ਤਾਂ ਕਿ ਸਾਰੇ ਜਣੇ ਰਲ ਕੇ ਜਿਹੜੀ ਇਸ ਕ੍ਰਾਈਮ ਦੇ ਉੱਤੇ ਕੰਟਰੋਲ ਕਰ ਸਕੀਏ। ਸਰ, ਸਟਰੀਟ ਕ੍ਰਾਈਮ ਅਤੇ ਨਸ਼ੇ ਦੇ ਖਾਤਮੇ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਲੋਕਾਂ ਨੂੰ ਇਹੋ ਮੇਰੀ ਬੇਨਤੀ ਹੈ ਕਿ ਪੁਲਿਸ ਨੂੰ ਸਹਿਯੋਗ ਦੇਣ, ਜਿੱਥੇ ਉਹਨਾਂ ਨੂੰ ਨਸ਼ੇ ਬਾਰੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਡੇ ਨਾਲ ਸਾਂਝੀ ਕਰਨ। ਅਸੀਂ ਉਹਨੂੰ ਬਕਾਇਦਾ ਸੀਕ੍ਰੈਟ ਰੱਖਾਂਗੇ ਤਾਂ ਕਿ ਜਿਹੜੇ ਨਸ਼ੇ ਖਾਣ ਵਾਲੇ ਨੇ ਉਹਨਾਂ ਦੇ ਅਸੀਂ ਕੈਂਪ ਲਵਾਈਏ ਤੇ ਜਿਹੜੇ ਸਮਗਲਰ ਨੇ, ਜਿਹੜੇ ਸਪਲਾਇਰ ਨੇ ਉਹਨਾਂ ਦੇ ਖਿਲਾਫ਼ ਪ੍ਰੋਪਰ ਜਿਹੜੇ ਐਕਸ਼ਨ ਲਈਏ ਤੇ ਜਿਹੜੇ ਲੋਕਾਂ ਖੋਹਾਂ ਕਰਨ ਵਾਲੇ ਨੇ ਜਾਂ ਸਨੈਚਿੰਗ ਕਰਦੇ ਨੇ ਉਹਨਾਂ ਬਾਰੇ ਸਾਨੂੰ ਇਤਲਾਹ ਦੇਣ, ਉਹਨਾਂ ਦੇ ਵਹੀਕਲ ਦੇ ਨੰਬਰ ਨੋਟ ਕਰਨ, ਉਹਨਾਂ ਨੂੰ ਫੜੀਏ ਤਾਂ ਕਿ ਉਹਨਾਂ ਦੇ ਉੱਤੇ ਜਿਹੜਾ ਪ੍ਰੋਪਰ ਐਕਸ਼ਨ ਹੋ ਸਕੇ। ਸਰ, ਅੱਜ ਫੇਸ 3 ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ ਹੈ, ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਤੁਹਾਨੂੰ? ਲੋਕਾਂ ਨੇ ਇਸ ਚੀਜ਼ ਦੀ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਪੁਲਿਸ ਦੇ ਨਾਲ ਆ, ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ ਔਰ ਜਿੰਨੀਆਂ ਉਹਨਾਂ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ ਉਹ ਬੜੇ ਹੀ ਧਿਆਨ ਨਾਲ ਸੁਣੀਆਂ ਗਈਆਂ। ਸਾਡੇ ਅਫਸਰਾਂ ਦੀ ਅੱਗੇ ਡਿਊਟੀ ਲਾਈ ਗਈ ਹੈ ਕਿ ਉਹਨਾਂ ਦੇ ਮੈਟਰ ਜਿਹੜੇ ਹੱਲ ਕਰਨ। ਸਰ, ਇਸ ਤਰ੍ਹਾਂ ਦੇ ਪ੍ਰੋਗਰਾਮ ਹੈ ਜਿਹੜੇ ਕੰਟੀਨਿਊ ਕੀਤੇ ਜਾਣਗੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ? ਬਿਲਕੁਲ ਜੀ, ਇਹ ਸਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ ਪਿੰਡਾਂ ਦੇ ਵਿੱਚ, ਸ਼ਹਿਰ ਦੇ ਵਿੱਚ ਇਸ ਤਰੀਕੇ ਸਾਡੇ ਅਫਸਰ ਜਿਹੜੇ ਨੇ ਕਿਤੇ DSP ਪੱਧਰ ਦੇ, ਕਿਤੇ SP, ਕਿਤੇ SSP ਸਾਹਿਬ, ਕਿਤੇ ਮੇਰੇ ਵੱਲੋਂ ਅਸੀਂ ਅਲੱਗ ਅਲੱਗ ਥਾਵਾਂ ਤੇ ਜਾ ਕੇ ਜਿਹੜੀਆਂ ਉਹ ਮੀਟਿੰਗਾਂ ਕਰਾਂ। ਏਸੀ DIG ਬਠਿੰਡਾ ਰੇਂਜ HS ਪੁੱਲਰ ਜਿਨ੍ਹਾਂ ਨੇ ਕਿਹਾ ਕਿ ਪਬਲਿਕ ਦੇ ਸਹਿਯੋਗ ਨਾਲ ਹੀ ਜਿਹੜਾ ਸਟਰੀਟ ਕ੍ਰਾਈਮ ਅਤੇ ਨਸ਼ੇ ਦਾ ਜਿਹੜਾ ਖਾਤਮਾ ਬਠਿੰਡਾ ਚ ਜਿਹੜਾ ਹੋ ਸਕਦਾ ਹੈ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਕੀਵਾਲ, ਦੈਨਿਕ ਸਵੇਰਾ TV, ਬਠਿੰਡਾ।